ਹਾਂਜੀ ਸਤਿ ਸ਼੍ਰੀ ਅਕਾਲ। ਇਹ ਮੇਰਾ ਫਸਟ ਵਲੌਗ ਹੈ ਯੂਟਿਊਬ 'ਤੇ। ਇਸ ਕਾਰ ਦਾ ਰਿਵਿਊ ਦੇਵਾਂਗੇ ਅਤੇ ਇਸ ਯੂਟਿਊਬ ਚੈਨਲ 'ਤੇ ਮੇਰੇ ਟਰੈਵਲ ਰਿਲੇਟਿਡ ਤੁਹਾਨੂੰ ਵੀਡੀਓਜ਼ ਮਿਲਣਗੀਆਂ, ਆਫ ਰੋਡਿੰਗ ਰਿਲੇਟਿਡ। ਅਤੇ ਇਹ ਫਸਟ ਵੀਡੀਓ ਹੈ ਅਤੇ ਮੈਂ ਇਸ ਟਾਈਮ ਬੜਾ ਨਰਵਸ ਹਾਂ। 2016-17 ਤੋਂ ਕੋਸ਼ਿਸ਼ ਕਰ ਰਿਹਾ ਸੀਗਾ ਯੂਟਿਊਬ 'ਤੇ ਆਉਣ ਦੀ ਮੈਂ। 3-4 ਸਾਲ ਲੱਗ ਗਏ ਮੈਨੂੰ ਆ ਇਸ ਜਗ੍ਹਾ 'ਤੇ ਪਹੁੰਚਣ ਲਈ, ਆ ਫਸਟ ਵੀਡੀਓ ਬਣਾਉਣ ਲਈ ਮੈਨੂੰ। ਪਲੀਜ਼ ਸਬਸਕ੍ਰਾਈਬ। ਅਤੇ ਤੁਹਾਨੂੰ ਯੂਟਿਊਬ 'ਤੇ ਪਹਿਲਾ ਇੱਕ ਪੰਜਾਬੀ ਵਲੌਗਰ ਮਿਲੂਗਾ, ਉਹ ਵੀ ਟਰੈਵਲਰ। ਬਾਈ ਹਰਮੇਲ ਸਰਸੇ ਤੋਂ, ਇਹ ਇਹਨਾਂ ਦਾ ਸ਼ੋਰੂਮ ਹੈ, ਇਹ ਤਿਆਰ ਕਰਦੇ ਨੇ ਵਿੰਟੇਜ ਕਾਰਾਂ। ਦੱਸੋ ਬਾਈ ਜੀ, ਆਪਾਂ ਇਲੈਕਟ੍ਰੀਕਲ ਦੇ ਵਿੱਚ ਵਿੰਟੇਜ ਲੁੱਕ ਦੇ ਵਿੱਚ ਇਲੈਕਟ੍ਰੀਕਲ ਕਾਰ ਬਣਾਈ ਹੈ। ਹਾਂਜੀ। ਔਰ ਇਹ ਇੱਕ ਵਾਰ ਚਾਰਜ ਕਰਨ 'ਤੇ 100 ਕਿਲੋਮੀਟਰ ਚੱਲ ਜਾਂਦੀ ਹੈ। ਠੀਕ ਹੈ। ਔਰ ਟੋਲ ਟੈਕਸ ਫਰੀ ਹੈ, ਟੋਲ ਟੈਕਸ ਵਗੈਰਾ ਵੀ ਨਹੀਂ ਲੱਗਦਾ। ਠੀਕ ਹੈ। 35 ਦੀ ਸਪੀਡ ਦੇ ਵਿੱਚ, ਅੰਡਰ ਸਪੀਡ ਦੇ ਵਿੱਚ, ਵਿਦਆਊਟ ਆਰ ਸੀ ਅਪਰੂਵਡ ਕਰਵਾ ਦਿਓ। ਪੁਲਿਸ ਵਾਲੇ ਐਂ ਕੋਈ ਰੋਕ ਟੋਕ? ਨਾ ਨਾ, ਕੋਈ ਪ੍ਰੋਬਲਮ ਨਹੀਂ। ਆਮ ਚਲਾਉਣੀ ਬਹੁਤ ਈਜ਼ੀ ਹੈ, ਔਰ 4 ਤੋਂ 5 ਘੰਟਿਆਂ ਦੇ ਵਿੱਚ ਆਪਾਂ ਇਹਨੂੰ ਚਾਰਜ ਕਰ ਸਕਦੇ ਹਾਂ। ਇੱਕ ਵਾਰੀ ਚਾਰਜ ਕਰਕੇ ਫਿਰ ਟਾਈਮ ਕਿੰਨਾ ਟਾਈਮ ਡਰਾਈਵ ਚੱਲਦੀ ਹੈ? 100 ਕਿਲੋਮੀਟਰ ਚੱਲਦੀ ਹੈ। 4-5 ਘੰਟੇ ਚਾਰਜ ਕਰਨ ਤੋਂ ਬਾਅਦ 100 ਕਿਲੋਮੀਟਰ ਚੱਲ ਜਾਂਦੀ ਹੈ? ਹਾਂਜੀ। ਠੀਕ ਹੈ ਜੀ। ਔਰ ਬੈਟਰੀ ਦੀ ਜਿਵੇਂ ਬੈਟਰੀ ਦੀ ਲਾਈਫ 'ਤੇ ਡਿਪੈਂਡ ਕਰਦਾ ਹੈ, ਬੈਟਰੀ ਦੀ ਲਾਈਫ। ਆਮ ਨੋਰਮਲ ਬੈਟਰੀ ਹੈ ਜਿਹੜੀ, ਇਹਦੀ ਆਪਣਾ 1 ਸਾਲ ਦੀ ਵਾਰੰਟੀ ਹੈ ਔਰ 1.5 ਸਾਲ ਦੀ ਲਾਈਫ ਹੈ। ਠੀਕ ਹੈ। ਹਾਂਜੀ। ਉਹਦਾ ਬਾਅਦ 'ਚ ਆਪਾਂ ਚੇਂਜ ਕਰਵਾਵਾਂਗੇ, 15-16 ਹਜ਼ਾਰ ਸਮਥਿੰਗ ਲੱਗਦਾ ਜੀ। ਹਾਂਜੀ। ਇਸ 'ਚ ਲਿਥੀਅਮ ਬੈਟਰੀ? ਲਿਥੀਅਮ ਬੈਟਰੀ ਵੀ ਹੁੰਦੀ ਹੈ। ਹਾਂਜੀ ਹਾਂਜੀ। ਔਰ ਲਿਥੀਅਮ ਬੈਟਰੀ ਹੈ ਜਿਹੜੀ, ਉਹਦਾ 2 ਸਾਲ ਦੀ ਵਾਰੰਟੀ ਹੈ ਔਰ 5 ਸਾਲ ਦੀ ਲਾਈਫ ਹੈ ਬੈਟਰੀ। ਉਹ ਵੀ ਬਹੁਤ ਵਧੀਆ, ਦੋਨਾਂ 'ਚੋਂ ਰੇਟ ਦਾ ਫਰਕ ਹੋ ਜਾਂਦਾ। ਮਤਲਬ 2 ਸਾਲ ਦੇ ਵਿੱਚ ਜੇ ਬੈਟਰੀ ਨੂੰ ਕੁਛ ਹੁੰਦਾ ਆਪਾਂ ਕਰਕੇ ਦੇਵਾਂਗੇ? ਹਾਂਜੀ। ਉਹਦਾ ਬੈਟਰੀ 'ਤੇ ਕੋਈ ਪ੍ਰੋਬਲਮ ਆ ਗਈ, ਆਪਾਂ ਅਮਰੋਮ ਕੰਪਨੀ ਦੀ ਹੈ, ਅਮਰੋਮ ਕੰਪਨੀ ਦੀ ਵੀ ਕੰਪਨੀ ਤੋਂ ਸਿੱਧਾ ਚੇਂਜ ਕਰਾ ਕੇ ਦੇਵਾਂਗੇ, ਕੋਈ ਵੀ ਪ੍ਰੋਬਲਮ ਆ। ਵਾਰੰਟੀ ਨਾਲ ਦਿੰਦੇ ਆਪਾਂ ਕਾਰਡ ਵਗੈਰਾ। ਕੱਲ੍ਹ ਨੂੰ ਬਈ ਇਹਦਾ ਕੋਈ ਸਸਪੈਂਸ਼ਨ 'ਚ ਜਾਂ ਕੋਈ ਵੀ ਕਿਸੇ ਤਰੀਕੇ ਦੀ ਕੋਈ ਛੋਟੀ ਮੋਟੀ ਪ੍ਰੋਬਲਮ ਆਉਂਦੀ ਹੈ ਤਾਂ ਠੀਕ ਹੋ ਜਾਂਦਾ? ਬਿਲਕੁਲ ਈਜ਼ੀ ਹੈ ਔਰ ਬਿਲਕੁਲ ਨੋਰਮਲ ਹੈ, ਯਾਨੀ ਕਿ ਆਮ ਪਾਰਟਸ ਵੀ ਮਿਲ ਜਾਂਦੇ, ਸਾਰੇ ਕਿਤੇ ਅਵੇਲੇਬਲ ਹੈ, ਉਸ ਤਰੀਕੇ ਦੇ ਪਾਰਟਸ ਲੱਗੇ ਹੋਏ ਆ। ਔਰ ਬਹੁਤ ਵੈਸੇ ਹੈਵੀ ਡਿਊਟੀ ਹੈ, ਜਿਵੇਂ ਰਫਤਾ ਵਜੇ ਮਰਜ਼ੀ ਚਲਾਓ, ਕੋਈ ਦਿੱਕਤ ਨਹੀਂ। ਇੱਕ ਬਾਈ ਹੋਰਾਂ ਨੇ ਦੱਸਿਆ ਸੀ ਜੇ ਕੋਈ 100-150 ਕਿਲੋਮੀਟਰ ਦੂਰ ਲੈ ਕੇ ਵੀ ਜਾਂਦਾ, ਜੇ ਕੁਛ ਖਰਾਬੀ ਹੋ ਜਾਂਦੀ ਹੈ, ਇੱਥੋਂ ਮਕੈਨਿਕ ਆ ਸੀ। ਹਾਂਜੀ। ਬਾਈ ਹੁਣੀ ਭੇਜ ਦਿੰਦੇ ਉੱਥੇ ਜਾ ਕੇ ਠੀਕ ਕਰਾ? ਸਰਵਿਸ ਵਾਸਤੇ ਭੇਜਦੇ ਹੀ ਹਾਂ, 3 ਮਹੀਨੇ ਬਾਅਦ ਆਪਾਂ ਇੱਕ ਵਾਰੀ ਸਰਵਿਸ ਵਾਸਤੇ ਭੇਜ ਹੀ ਭੇਜਦੇ, ਵੀ ਕੋਈ ਪ੍ਰੋਬਲਮ ਹੋਵੇ ਨਿੱਕੀ ਮੋਟੀ ਤਾਂ ਅਗਲਾ ਸੋਲਵ ਕਰਕੇ ਆ। ਫਿਰ ਵੀ ਬਾਅਦ 'ਚ ਵੀ ਕੋਈ ਪ੍ਰੋਬਲਮ ਹੈ ਤਾਂ ਆਪਾਂ ਮਕੈਨਿਕ ਭੇਜਦੇ। ਮਤਲਬ 3 ਮਹੀਨਿਆਂ ਬਾਅਦ ਆਪਾਂ ਮਕੈਨਿਕ ਭੇਜਣਾ ਹੀ ਭੇਜਣਾ? ਹਾਂਜੀ। ਚੈੱਕ ਕਰਨ ਲਈ ਜਾਂ ਸਰਵਿਸ ਵਗੈਰਾ ਸਾਰਾ ਕੁਝ? ਹਾਂਜੀ। ਠੀਕ ਹੈ ਬਾਈ, ਆਪਦਾ ਐਡਰੈਸ ਦੱਸ ਦਿਓ ਚੰਗੀ ਤਰ੍ਹਾਂ। ਆਪਣਾ ਦਿੱਲੀ ਮਿੰਨੀ ਬਾਈਪਾਸ ਰੋਡ 'ਤੇ, ਐਕੁਆ ਬਾਰ ਦੇ ਨਾਲ, ਸਰਸਾ। ਹਾਂਜੀ, ਸਰਸਾ ਜੀ। ਬਾਈ ਹਰਮੇਲ ਨਾਲ ਤਾਂ ਮੇਰਾ ਬਹੁਤ ਪੁਰਾਣਾ
5-6 ਸਾਲ ਪੁਰਾਣਾ ਯਾਰੀ ਦੋਸਤੀ ਹੈ ਤਾਂ ਕੋਈ ਐਵੇਂ ਨਹੀਂ ਕਿ ਅੱਜ ਯੂਟਿਊਬ ਸ਼ੁਰੂ ਕੀਤਾ ਅਤੇ ਵੀਡੀਓ ਪਾਈ ਹੈ ਤਾਂ ਬਹੁਤ ਟਾਈਮ ਤੋਂ ਮੈਂ ਘਰ ਚਲਾਈ ਜਾਂਦਾ ਕੰਟੀਨਿਊ ਖੇਤ ਖੂਤ ਆਉਣਾ ਹੋਵੇ ਲਗਭਗ 22 ਹੋਰਾਂ ਤੋਂ ਮੈਂ ਲੈ ਆਉਂਦਾ ਲਾਈਕ ਵੀ ਕਰ ਦਿਓ ਜਲਦੀ ਤੁਹਾਨੂੰ ਨੈਕਸਟ ਟ੍ਰਿਪ ਟਰੁੱਪ ਦੀਆਂ ਤੁਹਾਨੂੰ ਲੰਮੀਆਂ ਔਰ ਅੱਛੀਆਂ ਵੀਡੀਓਜ਼ ਮਿਲਣਗੀਆਂ ਸਬਸਕ੍ਰਾਈਬ ਐਂਡ ਸ਼ੇਅਰ।